ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਵਿੱਚ ਕਰਫਿਊ ਲਾਗੂ ਹੈ। ਕਰਫਿਊ ਦੇ ਦੌਰਾਨ ਮਜ਼ਦੂਰੀ ਦਿਹਾੜੀ ਕਰ ਗੁਜ਼ਾਰਾ ਕਰਦੇ ਪਰਿਵਾਰਾਂ ਲਈ ਪੇਟ ਭਰਨਾ ਮੁਸ਼ਕਲ ਹੋ ਰਿਹਾ ਹੈ। ਸੰਕਟ ਦੀ ਇਸ ਘੜੀ ਵਿੱਚ ਸਰਕਾਰਾਂ ਦੇ ਨਾਲ ਨਾਲ ਪੰਜਾਬ ਦੀਆਂ ਸੋਸ਼ਲ ਸੰਸਥਾਵਾਂ ਗਰੀਬ ਪਰਿਵਾਰਾਂ ਦੀ ਮਦਦ ਦੇ ਲਈ ਅੱਗੇ ਆ ਰਹੀਆਂ ਨੇ। ਇਸੇ ਕੜੀ ਦੇ ਤਹਿਤ ਰੋਟਰੀ ਕਲੱਬ ਨਾਭਾ ਵੱਲੋਂ ਪ੍ਰਧਾਨ ਰਜਨੀਸ਼ ਮਿੱਤਲ ਦੀ ਅਗਵਾਈ ਹੇਠ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ 10 ਦਿਨ ਦੇ ਰਾਸ਼ਨ ਨਾਲ ਭਰੇ 250 ਪੈਕਟ ਜ਼ਰੂਰਤਮੰਦ ਪਰਿਵਾਰਾਂ ਦੇ ਘਰਾਂ ਤੱਕ ਪਹੁੰਚਾਏ ਗਏ। ਇਸ ਨਾਲ ਇਲਾਕੇ ਦੇ ਇਨ੍ਹਾਂ ਪਰਿਵਾਰਾਂ ਨੂੰ ਰਾਹਤ ਮਿਲੀ ਹੈ। ਇਸ ਦੌਰਾਨ ਰੋਟਰੀ ਕਲੱਬ ਪ੍ਰਧਾਨ ਰਜਨੀਸ਼ ਮਿੱਤਲ, ਮੰਤਰੀ PA ਚਰਨਜੀਤ ਬਾਦਿਸ਼ ਤੇ ਕਲੱਬ ਮੈਂਬਰਾਂ ਕਿਹਾ ਕਿ ਸਮੂਹ ਕਲੱਬ ਵੱਲੋਂ 250 ਰਾਸ਼ਨ ਕਿੱਟ ਤਿਆਰ ਕਰ ਕਰਫਿਊ ਦੀ ਪਾਲਣਾ ਕਰਦੇ ਹੋਏ ਜ਼ਰੂਰਤਮੰਦ ਪਰਿਵਾਰਾਂ ਦੇ ਘਰਾਂ ਤੱਕ ਪਹੁੰਚਾਈ ਜਾ ਰਹੀ ਹੈ। ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਹ ਸਾਡੇ ਰੋਟਰੀ ਕਲੱਬ ਜੋ ਕਿ ਮਾਨਵਤਾ ਦੀ ਭਲਾਈ ਵਾਸਤੇ ਕਲੱਬ ਬਣਿਆ ਹੋਇਆ, ਉਸਦੇ ਵਿੱਚ ਜੋ ਅੱਜ ਕਰੋਨਾ ਦਾ ਕਹਿਰ ਸਾਰੀ ਦੁਨੀਆ ਦੇ ਉੱਪਰ ਫੈਲਿਆ ਹੋਇਆ, ਉਸਦੇ ਵਾਸਤੇ ਜੋ ਰੋਟਰੀ ਇੰਟਰਨੈਸ਼ਨਲ ਦੇ ਸਾਡਾ ਸੰਦੇਸ਼ ਹੈ, ਉਹਦੇ 'ਚ ਸਾਰੇ ਕਲੱਬ ਦੇ ਮੈਂਬਰ ਸਾਹਿਬਾਨ ਦੇ ਸਹਿਯੋਗ ਨਾਲ ਅਸੀਂ 250 ਕਿੱਟਾਂ ਤਿਆਰ ਕਰਵਾਈਆਂ ਨੇ, ਜੋ ਕਿ ਇੱਥੇ ਲੋਕਲ ਜੋ ਜਿੱਥੇ ਜ਼ਰੂਰਤਮੰਦ ਜਾਂ ਲੋੜਵੰਦ ਲੋਕ ਨੇ ਅਤੇ ਉਹਨਾਂ ਨੂੰ ਇਹ ਮੁਹੱਈਆ ਕਰਵਾਏ ਜਾ ਰਹੀਆਂ ਨੇ। ਉਹਨਾਂ ਨੂੰ ਲੋਕਡਾਊਨ ਦੇ ਵਿੱਚ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣਗੇ, ਅਸੀਂ ਸਾਡੀ ਰੋਟਰੀ ਦੀ ਟੀਮ ਸਾਡੇ 4 ਬੰਦੇ ਜਾ ਕੇ ਨਾਲ ਰੋਟਰੀ ਦੀ ਸਾਡੀ ਐਂਬੂਲੈਂਸ ਹੈਗੀ ਗੱਡੀ, ਇਹਦੇ ਵਿੱਚ ਜਾ ਕੇ ਉਹਨਾਂ ਦੇ ਘਰਾਂ ਘਰ ਇਹ ਪ੍ਰੋਵਾਈਡ ਕਰਾਏ ਜਾਣਗੇ। ਅਤੇ ਪਰਮਾਤਮਾ ਕਰੇ ਸਾਰਿਆਂ ਨੂੰ ਇਹ ਜੋ ਕਰੋਨਾ ਦਾ ਕਹਿਰ ਹੈ ਜਲਦੀ ਤੋਂ ਜਲਦੀ ਰਾਹਤ ਮਿਲੇ, ਅਤੇ ਸਾਡੀ ਵੀ ਲੋਕਾਂ ਨੂੰ ਰੋਟਰੀ ਵੱਲੋਂ ਅਪੀਲ ਹੈ ਕਿ ਆਪਾਂ ਆਪਣੇ ਹੱਥਾਂ ਨੂੰ ਵਾਰ ਵਾਰ ਧੋਈਏ ਅਤੇ ਭੀੜ ਵਿੱਚ ਨਾ ਜਾਈਏ ਅਤੇ ਆਪਣੀ ਵੱਧ ਤੋਂ ਵੱਧ ਆਪਣੀ ਸਿਹਤ ਦਾ ਧਿਆਨ ਰੱਖੀਏ। ਇਹੀ ਸਾਡਾ ਰੋਟਰੀ। ਮੇਰੇ ਕੋਲੋਂ ਸ਼ਬਦ ਨਹੀਂ ਜਿਨ੍ਹਾਂ ਦੇ ਨਾਲ ਮੈਂ ਰੋਟਰੀ ਕਲੱਬ ਨਾਭਾ ਦਾ ਧੰਨਵਾਦ ਕਰ ਸਕਾਂ, ਕਿਉਂਕਿ ਸ਼ੁਰੂ ਤੋਂ ਦੇਖਿਆ ਵੀ ਜਿੱਥੇ ਵੀ ਲੋੜਵੰਦਾਂ ਦੀ ਸੇਵਾ ਵਾਸਤੇ ਹਮੇਸ਼ਾ ਹੀ ਰੋਟਰੀ ਕਲੱਬ ਨਾਭਾ ਜਿਹੜਾ ਮੋਹਰੀ ਹੋ ਕੇ ਵਿਚਰਦਾ, ਅੱਜ ਵੀ ਇਹਨਾਂ ਨੇ 250 ਕਿੱਟਿਆ ਜਿਹੜੀ ਉਹ ਲੋੜਵੰਦ ਪਰਿਵਾਰਾਂ ਵਾਸਤੇ ਇੱਥੇ ਦਿੱਤੀ ਹੈ। ਮੈਂ ਵਿਸ਼ੇਸ਼ ਤੌਰ 'ਤੇ ਸਾਧੂ ਸਿੰਘ ਜੀ ਧਰਮਸੋਤ ਕੈਬਨਮੰਤਰੀ ਪੰਜਾਬ ਉਹਨਾਂ ਵੱਲੋਂ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ, ਔਰ ਰਜੀਸ਼ ਮਿੱਤਲ ਸ਼ੈਂਟੀ ਜੀ ਇੱਥੇ ਪ੍ਰਧਾਨ ਨੇ ਰੋਟਰੀ ਕਲੱਬ ਦੇ, ਸਾਡੇ ਨਗਰ ਕੌਂਸਲ ਦੇ ਵੀ ਪ੍ਰਧਾਨ, ਜਿਨ੍ਹਾਂ ਦਾ ਵੱਡਾ ਭਾਰੀ ਉੱਦਮ ਹੈ, ਕਿਉਂਕਿ 4700 ਕਿੱਟ ਜਿਹੜੀ ਅਸੀਂ ਪਹਿਲਾਂ ਵੀ ਵੰਡ ਚੁੱਕੇ ਹਾਂ, ਕੱਲ੍ਹ ਵੀ 500-600 ਕਿੱਟ ਵੰਡੀ, ਅੱਜ 250 ਕਿੱਟ ਫਿਰ ਇਹਨਾਂ ਨੇ ਲੋੜਵੰਦ ਪਰਿਵਾਰਾਂ ਵਾਸਤੇ ਭੇਜੀ ਹੈ। ਮੈਂ ਕੋਟਨ-ਕੋਟ ਧੰਨਵਾਦ ਇਹਨਾਂ ਦੀ ਸਾਰੀ ਰੋਟਰੀ ਕਲੱਬ ਦੀ ਟੀਮ ਦਾ ਕਰਦਾ। ਆਵਾਜ਼ ਕੌਮ ਟੀਵੀ ਲਈ ਨਾਭਾ ਤੋਂ ਤਰਨ ਮਹਿਤਾ ਦੀ ਰਿਪੋਰਟ।